ਕੀ ਚੱਕਰ ਪੈ ਗਿਆ? ਮੈਂ ਵੀਡੀਓ ਦੇਖੀ। ਇਹ ਚੱਕਰ ਹੈ ਉਹਦਾ, ਕੁਲਵਿੰਦਰ ਮੁਫਰ ਨਹੀਂ ਜਿਹੜਾ ਸੁੱਖ ਰਹੀ ਦਾ ਖਾਸ, ਉਸੇ ਦੇ ਕੰਮ। ਟਾਈਮ ਤੋਂ ਸੋਸ਼ਲ ਮੀਡੀਆ ਦੇ ਉੱਪਰ ਕੀਰਤ ਮੋਟੇ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਹੈ, ਜਿਹਦੇ ਵਿੱਚ ਕੀਰਤ ਮੋਟੇ ਦੀ 10-15 ਜਾਣੇ ਨੇ ਰਲ ਕੇ ਕੁੱਟਮਾਰ ਕੀਤੀ ਹੈ, ਜੋ ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖ ਹੀ ਲਈ ਹੋਣੀ। ਜਿਨ੍ਹਾਂ ਨੇ ਨਹੀਂ ਦੇਖੀ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜਾਏ, ਜਾ ਕੇ ਤੁਸੀਂ ਵੀਡੀਓ ਜ਼ਰੂਰ ਦੇਖਿਓ। ਤਾਂ ਉੱਥੇ ਆਪਾਂ ਤੋਂ ਦੱਸ ਦੇ ਕਿ ਅੱਜ ਤੋਂ ਕੁਝ ਕੁ ਦਿਨ ਪਹਿਲਾਂ ਕੀਰਤ ਮੋਟਾ ਮਨਜੀਤ ਕੌਰ ਨਾਲ ਵੀਡੀਓਸ ਸਾਂਝੀਆਂ ਕਰਦਾ ਪਿਆ ਸੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ, ਤੇ ਦੱਸਿਆ ਜਾ ਰਿਹਾ ਕਿ ਮਨਜੀਤ ਕੌਰ ਨੇ ਹੀ ਕੀਰਤ ਮੋਟੇ ਦਾ ਟਾਈਮ ਚੁਕਵਾਇਆ ਗਾ, ਜਿਸ ਬਾਰੇ ਹੰਪੀ ਸਾਗਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਇੱਕ ਸਟੋਰੀ ਸਾਂਝੀ ਕੀਤੀ ਸੀ, ਜਿਹਦੇ ਵਿੱਚ ਦੱਸਿਆ ਸੀਗਾ ਕਿ ਕੀਰਤ ਮੋਟੇ ਦਾ ਕੰਮ ਆ ਜਿਹੜਾ ਕਿ ਮਨਜੀਤ ਕੌਰ ਨੇ ਕਰਵਾਇਆ ਗਾ। ਸੋ ਉੱਥੇ ਆਪਾਂ ਨੂੰ ਦੱਸਦੇ ਕਿ ਹੁਣੇ ਹੁਣੇ ਇੱਕ ਸਟੋਰੀ ਹੋਰ ਨਿਕਲ ਕੇ ਸਾਹਮਣੇ ਆਈ, ਜਿਹਦੇ ਵਿੱਚ ਕਰਨ ਦੱਤਾ ਲਿਖਦਾ ਪਿਆ ਕਿ ਕਹਿੰਦੇ ਮਨਜੀਤ ਕੌਰ ਨੇ ਲੋਕੇਸ਼ਨ ਦੱਸੀ ਸੀ ਤੇ ਸੁਖਰਤੀ ਦੇ ਬੰਦਿਆਂ ਨੇ ਕੁੱਟਿਆ ਹੈਗਾ ਕੀਰਤ ਮੋਟਾ। ਕਹਿੰਦੇ ਨੇ ਕਿ ਸੁਖਰਤੀਆ ਪੈਸੇ ਮੰਗਦਾ ਸੀ 2 ਲੱਖ ਤੇ ਮੋਟੇ ਨੇ ਨਹੀਂ ਦਿੱਤੇ, ਮੋਟੇ ਨੂੰ ਕੁੱਟਿਆ ਗਿਆ ਗਾ। ਬਾਕੀ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਕੀਰਤ ਮੋਟੇ ਦਾ ਕੰਮ ਆ ਜਿਹੜਾ ਕਿ ਉਹ ਸੁਖਰਤੀ ਨੇ ਕਰਵਾਇਆ ਗਾ, ਹਜੇ ਤੱਕ ਸੁਖਰਤੀਆ ਇਸ ਬਾਰੇ ਨਹੀਂ ਬੋਲਿਆ। ਬਾਕੀ ਜੇਕਰ ਕੋਈ ਹੋਰ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ। ਚੈਨਲ ਤੇ ਲਗਾਤਾਰ ਬਣੇ ਰਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਰੱਬ ਰਾਖਾ। ਹੈਲੋ, ਕਿੱਦਾਂ ਮਾਰੇ, ਕੀ ਹਾਲ? ਵਧੀਆ ਵਧੀਆ, ਤੁਸੀਂ ਦੱਸੋ? ਵਧੀਆ। ਆ ਕੀ ਚੱਕਰ ਪੈ ਗਿਆ? ਮੈਂ ਵੀਡੀਓ ਦੇਖੀ। ਇਹ ਚੱਕਰ ਹੈ ਉਹਦਾ, ਕੁਲਵਿੰਦਰ ਮੁਫਰ ਨਹੀਂ ਜਿਹੜਾ ਸੁੱਖ ਰਹੀ ਦਾ ਖਾਸ, ਉਸੇ ਦੇ ਕੰਮ। ਪਰ ਸੁੱਖ ਰਹੀ ਦਾ ਗੱਲ ਸੋਲਵ ਨਹੀਂ ਹੋਈ? ਗੱਲ ਨਹੀਂ ਸੋਲਵ ਹੋਈ, ਇਹ ਫਿਰ ਪੈਸੇ ਮੰਗਦਾ ਇਹ ਤੋਂ, ਇਹਨੂੰ ਕਹਿੰਦਾ 2 ਲੱਖ ਰੁਪਇਆ ਚਾਹੀਦਾ ਤੇ ਦੇ ਇਹ, ਤੇ ਮਨਜੀਤ ਨੇ ਯਾਰੀ ਨਹੀਂ ਪਈ, ਮੈਨੂੰ ਦੱਸਦਾ ਕੀ ਚੱਕਰ ਚਲਾਇਆ ਹੁੰਦਾ ਉਹ, ਜਿੱਥੇ ਅਸੀਂ ਰਹਿੰਦੇ ਹਾਂ ਨਾ, ਉਹ ਜਿਹੜਾ ਜਿਹਦੇ ਫਲੈਟ ਆ ਨਾ, ਮਤਲਬ ਜਿਵੇਂ ਓਨਰ ਉਹਦੇ ਆਪਦੇ ਪੀਜੀ ਜੀ ਦੇ, ਜਿਵੇਂ ਫਲੈਟ ਜੀ ਦੇ, ਉਹਨੂੰ ਕਿਤੇ ਜਾਣਦੀ ਸੀ ਪਹਿਲਾਂ, ਤੇ ਉਹਨਾਂ ਫੁੱਲ ਪਲੈਨ ਉਦੋਂ ਪਹਿਲਾਂ ਬਣਾਇਆ ਵੀ ਉਹ ਉਹਨੇ ਜਿਆਦਾ ਫੋਨ ਉਹਨੂੰ ਲਾਏ, ਉਹ ਵੀਰ ਨੂੰ ਮੈਂ ਗੱਲ ਕਰਨੀ ਆ, ਮੈਨੂੰ ਇਸ ਤਰ੍ਹਾਂ ਧਮਕੀਆਂ ਦਿੰਦਾ ਮੁਫਰ, ਤੇ ਤੁਸੀਂ ਕੋਈ ਹੱਲ ਕਰਾਓ, ਮੈਂ ਆਉਣੀ ਤੁਹਾਡੇ ਕੋਲ, ਮੈਂ ਆਉਣਾ ਵਾ, ਠੀਕ ਆ। ਉਹਨੂੰ ਪਤਾ ਸੀ ਨਾ ਅਸੀਂ ਇਹ ਲਾਏ ਹੋਏ, ਇਹ ਉਹਦੇ ਨਾਲ ਲਾਏ ਹੋਏ, ਉਹਦੀ ਵੀਡੀਓ ਪਾਈਆਂ ਉਹਦੇ ਨਾਲ ਵੀਰ ਨੇ, ਹਨਾ, ਉਹਨੂੰ ਇਹ ਪਤਾ ਲੱਗ ਪਿਆ ਇਹਦੇ ਕੋਲ ਆ, ਸਿੱਧੀ ਲੋਕੇਸ਼ਨ ਤੇ ਪਤਾ ਨੀ, ਅਸੀਂ ਸਿੱਧੀ ਲੋਕੇਸ਼ਨ ਤੇ ਦੱਸ ਦੇਣੀ ਆ, ਅਸੀਂ ਕਹਿ ਦਿੰਦੇ ਹਾਂ ਇੱਧਰ ਆ ਇੱਧਰ ਆ, ਹਨਾ। ਉਹਨੇ ਉਹਦੇ ਜ਼ਰੀਏ ਜਦੋਂ ਇੱਥੇ ਪਹੁੰਚੀ ਸਿੱਧਾ, ਇਹਨੇ ਵੇਖ ਲਿਆ ਇੱਥੇ ਹੀ ਆਏ ਅਸੀਂ, ਉਦੋਂ ਫਿਰ ਘੇਰੀ ਜਦੋਂ ਆ ਹੀ ਗਈ, ਫਿਰ ਹੁਣ ਆਪਾਂ ਵੀ ਕੀ ਆਖੀਏ ਅਗਲੇ ਨੂੰ, ਹਨਾ, ਤੇ ਆ ਕੇ ਕਹਿੰਦੀ ਚੱਲ ਵੀਡੀਓ ਵੂਡੀਓ ਬਣਾ ਲਈਏ ਆਪਾਂ ਇਸ ਤਰ੍ਹਾਂ, ਹਨਾ, ਜੋ ਵੀ ਆ ਵੀਡੀਓ ਵੀਡੀਓ ਉਹਨੇ ਤਾਂ ਬਣਵਾਈਆਂ ਵੀ ਲੱਗੇ ਵੀ ਮੈਂ ਇਹਨਾਂ ਨਾਲ, ਉਹਨੇ ਆਪ ਬਣਵਾਈਆਂ ਇਸ ਕਰਕੇ ਪਵਾਈਆਂ ਵਾ, ਪੂਰੇ ਐ ਜਿਹਨੂੰ ਕਹਿੰਦੇ ਨਾ ਮਾਸਟਰ ਮਾਈਂਡ ਵਾਲਾ ਕੰਮ ਕਰਕੇ, ਉਹਨਾਂ ਗੇਮ ਪਾ ਗਏ, ਗੇਮ ਪਾ ਗਏ। ਕਿੱਦਾਂ ਉਹ ਕਿੱਥੇ ਲੱਗੀ ਲੁਗੀ ਉਹਦੀ ਲੱਗੀ? ਤਾਂ ਬਾਬਾ ਆਏ ਤੈਨੂੰ ਫੋਟੋਆਂ ਭੇਜੂੰਗਾ, ਲੱਗੀ ਤਾਂ ਸਮਝ ਰੱਬ ਵੱਲੋਂ ਬਚ ਗਿਆ, ਜੇ ਕੋਈ ਚੰਗਾ ਕੰਮ ਕੀਤਾ ਤੇ ਬਚਾ ਗਿਆ ਰੱਬ। ਕੱਲਾ ਹੀ ਸੀਗਾ? ਕੱਲਾ ਮੈਂ ਮਾਮਾ ਛਡਾਉਣ ਛਡਾਉਣ ਦੇ ਅੱਗੇ ਇੱਕ ਨੂੰ ਇੱਕ ਘਰੇ ਬੰਨੇ ਹੁੰਦਾ, ਦੂਜਾ ਮੇਰੀ ਵੱਖੀ ਚ ਲੰਘੀ, 6 ਟੈਂਕੇ ਲੱਗੇ ਆ, ਮੇਰੇ 6 ਲੱਗੇ ਆ ਭਾਜੀ ਹੋਣਾ ਦੇ, ਹੁਣ ਕੀ ਦੱਸਾਂ, 6 ਉਧਰੀ ਬਾਂਹ ਦੇ ਆ, 6 ਗੁੱਟ ਤੇ ਆ, 5 ਪਰਲੀ ਬਾਂਹ ਦੇ ਆ, 6 ਸਿਰ ਤੇ ਆ, ਮਤਲਬ
14-15 ਜਾਣੇ ਗੁਰੂਆ, 4 ਗੱਡੀਆਂ, ਠੀਕ ਹੈ, ਇੱਕ ਉੱਤੋਂ ਪਲੈਨਿੰਗ ਖੋਲਣਾ ਤੇ ਅਗਲੇ ਬੰਦੇ ਕੋਲ ਕੁਛ ਵੀ ਨੀ, ਇੱਕ ਹੈਗਾ ਜਵਾਕਾਂ ਨੂੰ, ਹਾਂ ਕਿੰਨੀ ਕੁ ਬਹਾਦਰੀ ਇਹਨੂੰ, ਕੀ ਆਖਾਂਗੇ। ਹੁਣ ਕੰਪਲੇਂਟ ਕੇ ਸੁੱਖ ਦੀ ਕਰਾਉਣੀ? ਹਾਂ ਨਾ ਸੁੱਖ ਮਨਜੀਤ ਆ, ਆ ਜੇ ਸਾਡੇ ਸੱਟਾ ਹਾਂ ਲੱਗੀ ਹੈ ਤਾਂ 307 ਬਣਦੀ ਹੈ। 307 ਬਣਦੀ ਆ, ਤੇ ਦੂਜਾ ਆਰਮੈਕਟ ਲੱਗਣਾ ਇੱਕ ਉਹ ਹਥਿਆਰ ਵਾਲਾ। It's time for plan B. ਉਤਰਿਆ ਉਤਰ ਮਤਲਬ